ਸਤਿ ਸ਼੍ਰੀ ਅਕਾਲ ਜੀ, ਫਤਿਹ ਨਿਊਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ। ਇਸ ਵਕਤ ਪਹੁੰਚੇ ਹਾਂ ਪਿੰਡ ਪਧਿਆਣਾ, ਜ਼ਿਲ੍ਹਾ ਜਲੰਧਰ ਵਿਖੇ, ਜਿੱਥੇ ਕਿ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਬੱਧੇ ਸ਼ਾਹ ਜੀ ਦੇ ਪਰਮ ਸੇਵਕ ਬਾਬਾ ਚੰਨੀ ਸ਼ਾਹ ਜੀ ਦੀ 12ਵੀਂ ਬਰਸੀ ਮੌਕੇ ਸਾਲਾਨਾ ਜੋੜ ਮੇਲੇ ਕਰਵਾਏ ਗਏ। ਇਸ ਮੌਕੇ ਮੁੱਖ ਸੇਵਾਦਾਰ ਰਵਿੰਦਰ ਸਿੰਘ ਹੈਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ ਚਾਦਰ ਚਿਰਾਗ ਝੰਡੇ ਦੀ ਰਸਮ ਅਦਾ ਕੀਤੀ ਗਈ। ਉਪਰੰਤ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਨੇ ਦਰਬਾਰ ਦੀ ਹਾਜ਼ਰੀ ਭਰੀ। ਇਸ ਮੌਕੇ ਬਾਬਾ ਹੈਪੀ ਪਧਿਆਣੇ ਵੱਲੋਂ ਆਏ ਹੋਏ ਫਕਰ ਫਕੀਰਾਂ ਤੇ ਕਲਾਕਾਰਾਂ ਨੂੰ ਸੁਰਪ ਦੇ ਕੇ ਸਨਮਾਨਿਤ ਕੀਤਾ। ਆਓ ਤੁਹਾਨੂੰ ਅਸੀਂ ਇਸ ਮੇਲੇ ਦੀਆਂ ਲਾਈਵ ਤਸਵੀਰਾਂ ਦਿਖਾਉਂਦੇ ਹਾਂ। ਨਾ ਸੱਥ ਵੇਲੀ ਨਾ ਤੱਕੀਆ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ ਹੈ। ਇਸ਼ਕ ਹੈ ਬਾਬੇ ਓਏ ਗਲੀਆਂ 'ਚ ਨਚਾਉਂਦਾ ਹੈ। ਮਛਲੀ ਤਾਰਤੀ ਲੱਗਿਆ ਜਾਲ ਕਲਾਇਆ, ਜਿਹਨੇ ਜਲ ਵਾਲਾ ਕੱਚੂ ਤਾਰਿਆ ਵਿੱਚ ਨਗਾਹੇ ਕਰਨ ਸਲਾਮ ਆਇਆ, ਔਰ ਰੋਹੀ ਵਾਲੀ ਹਾਰਨੀ ਤਾਰਤੀ ਵਿਛੜਿਆ ਵਕਤ ਮਲਾਇਆ, ਦਾਈ ਗਲੀਮਾ ਤਾਰਤੀ ਦਿਸਣ ਅੱਖਾਂ ਤੋਂ ਲਾਇਆ, ਜਿਹਨੇ ਲੱਖੀ ਬੰਜਾਰਾ ਤਾਰਿਆ ਡੁੱਬਦਾ ਜਹਾਜ਼ ਬੰਨੇ ਲਾਇਆ, ਜਿਹਨੇ ਰੂੜੀ ਮਾਤਾ ਤਾਰਤੀ 12 ਸਾਲ ਬਾਅਦ ਬੇੜਾ ਬੰਨੇ ਲਾਇਆ।